ਸਾਨੂੰ 15 ਦਸੰਬਰ ਨੂੰ ਫੋਨ ਆਇਆ ਸੀਗਾ ਹਾਈ ਕਮਿਸ਼ਨ ਤੋਂ ਕਿ ਤੁਹਾਡੇ ਬੱਚੇ ਦੀ ਕਰਮਨਜੀਤ ਸਿੰਘ ਦੀ ਇੱਕ ਬਿਲਡਿੰਗ ਡਿੱਗਣ ਕਰਕੇ ਰੂਫ ਜਿਹੜਾ ਉਹ ਡਿੱਗਣ ਕਰਕੇ ਥੱਲੇ ਆਉਣ ਕਰਕੇ ਸੱਟ ਲੱਗਣ ਨਾਲ ਉਹਦੀ ਜਿਹੜੀ ਆ ਮੌਤ ਹੋ ਗਈ। ਮੇਰਾ ਨਾਮ ਮੋਹਨ ਲਾਲ, ਬੇਟੇ ਮੇਰੇ ਦਾ ਨਾਂ ਹੈ ਕਰਮਨਜੀਤ ਸਿੰਘ। ਉਹ 15/9/2020 ਨੂੰ ਗਿਆ ਸੀਗਾ UK ਸਟੱਡੀ ਬੇਸ 'ਤੇ। ਸਾਨੂੰ 15 ਦਸੰਬਰ ਨੂੰ ਫੋਨ ਆਇਆ ਸੀਗਾ ਹਾਈ ਕਮਿਸ਼ਨ ਤੋਂ ਕਿ ਤੁਹਾਡੇ ਬੱਚੇ ਦੀ ਕਰਮਨਜੀਤ ਸਿੰਘ ਦੀ ਇੱਕ ਬਿਲਡਿੰਗ ਡਿੱਗਣ ਕਰਕੇ ਰੂਫ ਜਿਹੜਾ ਉਹ ਡਿੱਗਣ ਕਰਕੇ ਥੱਲੇ ਆਉਣ ਕਰਕੇ ਸੱਟ ਲੱਗਣ ਨਾਲ ਉਹਦੀ ਜਿਹੜੀ ਆ ਮੌਤ ਹੋ ਗਈ। ਜਦੋਂ ਪਤਾ ਲੱਗਾ ਦੁੱਖਾਂ ਦਾ ਪਹਾੜ ਜਿਹੜਾ ਮੇਰੇ ਪਰਿਵਾਰ 'ਤੇ ਮੇਰੇ 'ਤੇ ਚੱਲ ਪਿਆ, ਕਿਉਂਕਿ ਇਹ ਘਟਨਾ ਹੀ ਇਹੋ ਜਿਹੀ ਜਿਹੜੀ ਇਹ ਘਾਟਾ ਮੈਨੂੰ ਇਹੋ ਜਿਹਾ ਜਿਹੜਾ ਕਦੀ ਵੀ ਪੂਰਾ ਹੋਣ ਵਾਲਾ ਨਹੀਂ, ਕਿਉਂਕਿ ਸਾਨੂੰ ਬੜੀਆਂ ਆਸਾਂ ਵੀ ਇੱਦਾਂ ਬੱਚਿਆਂ 'ਤੇ ਹੁੰਦੀਆਂ ਕਿ ਜਦੋਂ ਬੱਚਾ ਸਾਡਾ ਸਾਥ ਛੱਡ ਕੇ ਉਹ ਪਰਮਾਤਮਾ ਲੈ ਜਾਂਦਾ ਅਤੇ ਸਵਾਏ ਦੁੱਖ ਤੋਂ ਕੁਝ ਵੀ ਨਹੀਂ ਕੱਲੇ ਪੱਲੇ ਰਹਿ ਜਾਂਦਾ, ਸਿਰਫ ਦੁੱਖ ਹੀ ਦੁੱਖ ਹੁੰਦਾ। ਦੇਖੋ ਹਰ ਇੱਕ ਮਾਂ ਪਿਓ ਦਾ ਸੁਪਨਾ ਜਿਹੜਾ ਉਹੀ ਆ ਸਾਡਾ ਸੁਪਨਾ ਕਿ ਜਿਹੜੇ ਬੱਚੇ ਆ ਉਹ ਪੜ੍ਹ ਲਿਖ ਕੇ ਆਪਣੀ ਜ਼ਿੰਦਗੀ ਜਿਹੜੀ ਆ ਚੰਗੀ ਗੁਜ਼ਾਰਨ, ਖੁਸ਼ੀਆਂ ਭਰੀ ਜ਼ਿੰਦਗੀ ਗੁਜ਼ਾਰਨ। ਸਾਡਾ ਵੀ ਬਸ ਮੇਨ ਮਕਸਦ ਇਹੀ ਕਿ ਬੱਚੇ ਆਪਣਾ ਜਿਹੜੀ ਲਾਈਫ ਆ ਉਹ ਚੰਗੀ ਗੁਜ਼ਾਰਨ, ਪੜ੍ਹ ਲਿਖ ਕੇ ਚੰਗੀ ਆਪਣਾ ਜੀਵਨ ਬਤੀਤ ਕਰਨ। ਇਸ ਤੋਂ ਬਾਅਦ ਤਾਂ ਕੁਛ ਵੀ ਨਹੀਂ ਆ, ਰੋਟੀ ਜਿਹੜੀ ਆ ਇੱਥੇ ਦਿਹਾੜੀ ਲਾ ਕੇ ਵੀ ਖਾ ਸਕਦੇ, ਉੱਥੇ ਬੱਚੇ ਖਾ ਸਕਦੇ ਨੇ, ਬੇਰੁਜ਼ਗਾਰੀ ਕਰਕੇ ਬੱਚੇ ਉੱਥੇ ਭੱਜਦੇ ਨੇ ਸਾਰੇ। ਆਮ ਜਿਹੜੇ ਲੋਕ ਬੱਚੇ ਜਾ ਰਹੇ ਆ ਸਿਰੇ ਨਿਰੀ ਪੜ੍ਹਾਈ ਨਹੀਂ ਕਰਨ ਜਾਂਦੇ, ਆਪਣੀ ਰੋਜ਼ੀ ਰੋਟੀ ਕਮਾਉਣ ਜਾਂਦੇ ਆ, ਬੇਰੁਜ਼ਗਾਰੀ ਕਰਕੇ ਉੱਥੇ ਇੱਥੋਂ ਦੌੜ ਜਾਂਦੇ ਨੇ, ਕਿਉਂਕਿ ਬੱਚਿਆਂ ਨੂੰ ਇੱਥੇ ਕੰਮ ਨਹੀਂ ਮਿਲ ਰਿਹਾ, ਨਾ ਨੌਕਰੀਆਂ ਮਿਲ ਰਹੀਆਂ, ਉਹਦੇ ਕਰਕੇ ਬੱਚੇ ਉੱਥੇ ਗਏ ਨੇ। ਮੇਰਾ ਬੱਚਾ ਵੀ ਇਸੇ ਉਹਨਾਂ ਦੇ ਨਾਲ ਹੀ ਗਿਆ ਆਪਣੀ ਪੜ੍ਹਾਈ ਵਾਸਤੇ। ਬੇਰੁਜ਼ਗਾਰੀ ਵਿੱਚ ਦੱਸਿਆ ਵੀ ਬੱਚੇ ਦਾ ਸ਼ੁਰੂ ਤੋਂ ਸੁਪਨਾ ਸੀ ਬਾਹਰ ਜਾਣਾ ਕਿ ਜਾਂ ਇੱਥੇ ਉਹਨੂੰ ਕੋਈ ਨੌਕਰੀ ਵਗੈਰਾ ਉਹਦੀ ਕਾਬਲੀਅਤ ਦੇ ਬਰਾਬਰ? ਬੱਚੇ ਨੇ ਪਲੱਸ ਟੂ ਕੀਤੀ ਮੈਡੀਕਲ ਦੇ ਵਿੱਚ, ਇੱਕ ਸਾਲ ਉਹ ਇੱਥੇ ਰਿਹਾ ਵੀ ਚਲੋ ਪਹਿਲਾਂ ਨੌਕਰੀ ਦੀ ਭਾਲ ਵਿੱਚ ਹੀ ਰਿਹਾ, ਜਦੋਂ ਕਿ ਪਤਾ ਲੱਗਾ ਵੀ ਨੌਕਰੀ ਦਾ ਕੋਈ ਚਾਂਸ ਨਹੀਂ ਬਣਦਾ, ਅਤੇ ਫਿਰ ਉਹਨੇ ਉੱਧਰ ਦੀ ਬਾਹਰ ਦੀ ਫਾਈਲ ਲਾ ਲਈ ਵੀ ਚਲੋ ਉੱਥੇ ਜਾ ਕੇ ਪੜ੍ਹ ਕੇ ਮਿਹਨਤ ਕਰ ਲਾਂਗੇ ਤਾਂ ਆਪਣੀ ਜ਼ਿੰਦਗੀ ਬਣਾ ਲਾਂਗੇ। ਆਖਰੀ ਵਾਰੀ ਬਸ ਤੰਦਰੁਸਤੀ ਜਿਹੜੀ ਹੈ, ਖੁਸ਼ੀ ਖੁਸ਼ੀਆਂ ਗੱਲਾਂ ਹੁੰਦੀਆਂ ਰਹੀਆਂ, ਪਹਿਲਾਂ ਰੋਜ਼ ਦੀ ਤਰ੍ਹਾਂ ਗੱਲਾਂ ਹੁੰਦੀਆਂ। ਐਤਵਾਰ ਸਾਡੇ ਨਾਲ ਗੱਲ ਹੋਈ ਸੀ, ਮਤਲਬ 10 ਦਸੰਬਰ ਨੂੰ, ਬੜੇ ਆਪਣੀ ਮੰਮੀ ਨਾਲ ਮੇਰੇ ਨਾਲ ਵੀ ਗੱਲਾਂ ਕੀਤੀਆਂ, ਉਹਨਾਂ ਬੜੇ ਖੁਸ਼ੀ ਭਰੇ ਮਾਹੌਲ ਵਿੱਚ ਸੀਗਾ, ਉਹ ਬੜਾ ਖੁਸ਼ ਸੀ ਅਤੇ ਆਪਣੇ ਕੰਮ ਤੋਂ ਵੀ ਸੰਤੁਸ਼ਟ ਸੀ, ਆਪਣੇ ਉੱਥੇ ਜਿਹੜਾ ਜੀਵਨ ਗੁਜ਼ਾਰਦਾ ਪਿਆ ਸੀ ਉਹਦੇ ਨਾਲ ਵੀ ਸੰਤੁਸ਼ਟ ਸੀ। ਅਚਾਨਕ ਮਤਲਬ ਜਿਹੜਾ ਇਹ ਪਰਮਾਤਮਾ ਨੇ ਉਹਦੇ ਉੱਤੇ ਜਿਹੜਾ ਇਹੋ ਜਿਹਾ ਕੰਮ ਕਰ ਛੱਡਿਆ ਕਿ ਉਹ ਸਾਡੇ ਕੋਲੋਂ ਪ੍ਰੇਮ ਲਾ। ਲੜਕਾ ਮੇਰੇ ਵੱਡੇ ਜਵਾਈ ਦਾ ਭਰਾ, ਸਾਨੂੰ ਸ਼ਾਮ ਨੂੰ 5 ਵਜੇ ਫੋਨ ਆਇਆ ਅਤੇ ਇਸੇ ਤਰ੍ਹਾਂ ਪੂਰਾ ਹੋ ਗਿਆ ਉੱਥੇ ਬਾਹਰ, ਅਤੇ ਚੋਟ ਲੱਗ ਗਈ ਹੈ ਅਤੇ ਉਹ ਤੋਂ ਬਾਅਦ ਸਾਡੀ ਤਾਂ ਰਿਸ਼ਤੇਦਾਰੀ ਮੈਂ ਅਸੀਂ ਤਾਂ ਵੇਖਿਆ ਦਾ ਵੀ ਨਹੀਂ ਵਿਚਾਰਾ, ਜੇ ਰਿਸ਼ਤੇਦਾਰੀ ਸਾਨੂੰ ਸਾਲ ਹੀ ਹੋ ਜਾਣਾ, 28 ਜਨਵਰੀ ਨੂੰ ਵਿਆਹ ਹੋਇਆ ਸੀ ਵੱਡੇ ਲੜਕੇ ਦਾ, ਅਤੇ ਉਸ ਤੋਂ ਬਾਅਦ ਅਸੀਂ ਮਿਲ ਗਏ ਲੱਗ ਪਿਆ, ਅਸੀਂ ਸਾਨੂੰ ਚਾਅ ਹੀ ਬੜਾ ਸੀ ਵੀ ਆਏਗਾ ਤਾਂ ਅਸੀਂ ਮਿਲਾਂਗੇ ਗਿਲਾਂਗੇ ਸਾਡੇ ਕੋਲ ਆਏਗਾ, ਉਹ ਸਾਡੀਆਂ ਸਾਰੀਆਂ ਖੁਸ਼ੀਆਂ ਵਿੱਚ ਦੀਆਂ ਰੁਚੀ ਰਹਿ। ਹਾਂਜੀ UK ਹਾਂਜੀ ਦਰਸ਼ਨ ਵਾਲਾ ਜੀ, ਇਹ ਮੇਰਾ ਭਤੀਜਾ ਭਰਾ ਦਾ ਬੇਟਾ। ਪਤਾ 15 ਤਰੀਕ ਨੂੰ ਫੋਨ ਆਇਆ ਸੀ ਹਾਈ ਕਮਿਸ਼ਨ ਦਾ ਉੱਥੋਂ UK ਤੋਂ,
ਉਹਨਾਂ ਨੇ ਦੱਸਿਆ ਵੀ ਇੱਦਾਂ ਤਾਂ ਬੱਚੇ ਦੀ ਡੈਥ ਹੋ ਗਈ। ਕਿੰਨੀ ਕੁ ਦੇਰ ਹੋ ਗਿਆ ਲੜਕੇ ਨੂੰ ਬਾਹਰ ਗਏ? ਲਗਭਗ 3 ਸਾਲ ਹੋ ਗਿਆ ਸੀ, 2020 ਦੇ ਵਿੱਚ ਗਿਆ ਸੀ ਅਤੇ ਜੋ 2023 ਦੇ ਵਿੱਚ ਇਹ ਵਾਕਿਆ ਜਿਹੜਾ ਹੋ ਗਿਆ। ਪਰਿਵਾਰਿਕ ਮੈਂਬਰ ਦਾ ਹਰੇ ਕਿ ਲੜਕੇ ਨੇ ਆਉਣਾ ਵੀ ਹੈਗਾ ਸੀ ਇਹੀ ਦਿਨਾਂ ਵਿੱਚ? ਇਹ 2024 ਦੇ ਵਿੱਚ ਆਉਣਾ ਸੀ ਜੀ, ਬੜੀਆਂ ਆਸਾਂ ਲਾਈ ਦੀਆਂ ਸੀ, ਬੜੇ ਚਾਅ ਸੀ ਮਨ ਵਿੱਚ, ਵਿਆਹ ਕਰਨਾ ਸੀ ਉਹਦਾ, ਤੋ ਸਾਰੇ ਪਰਿਵਾਰ ਦੇ ਚਾਅ ਜਿਹੜੇ ਅਧੂਰੇ ਰਹਿ ਗਏ, ਦੁੱਖਾਂ ਦਾ ਪਹਾੜ ਹੀ ਟੁੱਟ ਗਿਆ ਪਰਿਵਾਰ ਦੇ ਉੱਤੇ। ਦੇਖਿਆ ਜਾਏ ਤਾਂ ਪੰਜਾਬ ਦੇ ਵਿੱਚ ਜਿਹੜੇ ਆ ਜ਼ਿਆਦਾਤਰ ਬੱਚੇ ਜਿਹੜੇ ਬਾਹਰ ਜਾ ਰਹੇ ਆ ਨੌਕਰੀ ਕਰਕੇ, ਪਰ ਆਏ ਦਿਨ ਕਿਤੇ ਨਾ ਕਿਤੇ ਜਿਹੜੀਆਂ ਖਬਰਾਂ ਹੁੰਦੀਆਂ ਰਹਿੰਦੀਆਂ ਕਿਸੇ ਨਾ ਕਿਸੇ ਇਹੀ ਕਾਰਨ ਹੈ ਜੀ, ਇਹ ਹਿੰਦੁਸਤਾਨ ਦੇ ਵਿੱਚ ਸਾਡੇ ਬੇਰੁਜ਼ਗਾਰੀ ਕਰਕੇ ਹੀ ਸਾਰੇ ਦੇਸ਼ ਦੇ ਜਿਹੜੇ ਨੌਜਵਾਨ ਆ ਬਾਹਰ ਜਾ ਰਹੇ ਆ। ਜੇਕਰ ਇੱਥੇ ਰੁਜ਼ਗਾਰ ਚੰਗਾ ਬੱਚਿਆਂ ਨੂੰ ਮਿਲੇ ਤਾਂ ਬਾਹਰ ਜਾਣ ਦੀ ਲੋੜ ਹੀ ਨਾ ਪਵੇ, ਅਤੇ ਸਰਕਾਰਾਂ ਨੂੰ ਚਾਹੀਦਾ ਕਿ ਜੇਕਰ ਰੁਜ਼ਗਾਰ ਬੱਚਿਆਂ ਨੂੰ ਇੱਧਰ ਹੀ ਮਿਲਣ ਅਤੇ ਬੱਚੇ ਇੱਧਰ ਹੀ ਕੰਮ ਕਰਨ, ਬਾਹਰ ਜਾਣ ਦੀ ਲੋੜ ਨਾ ਪਵੇ, ਅਤੇ ਮਾਂ ਪਿਓ ਨੂੰ ਇਹ ਦੁੱਖਾਂ ਦੇ ਵਿੱਚੋਂ ਦੀ ਨਾ ਗੁਜ਼ਰਨਾ ਪਵੇ, ਇਹ ਹਾਦਸੇ ਨਾ ਉਹ ਵਾਪਰਨ ਅਤੇ ਮਾਂ ਪਿਓ ਦੇ ਉੱਤੇ ਇੱਦਾਂ ਦੁੱਖਾਂ ਦੇ ਪਹਾੜ ਜਿਹੜੇ ਨਾ ਡਿੱਗਣ। ਨਹੀਂ, ਇਹ 2 ਭਰਾ ਸੀ। ਹਾਂ, ਮੰਗਲਵਾਰ ਨੂੰ ਡੈਥ ਹੋਈ ਹੈ 12 ਤਰੀਕ ਨੂੰ, ਅਤੇ 10 ਤਰੀਕ ਨੂੰ ਐਤਵਾਰ ਲਾਸਟ ਗੱਲ ਹੋਈ ਹੈ ਇਹਦੇ ਨਾਲ। ਹਾਂ, ਖੁਸ਼ੀ ਬਿਲਕੁਲ ਕੋਈ ਉੱਦਾਂ ਦੀ ਗੱਲ ਨਹੀਂ, ਇਹ ਤਾਂ ਅਚਨਚੇਤ ਕੋਈ ਹਾਦਸਾ ਹੋ ਗਿਆ, ਬੜਾ ਖੁਸ਼ ਸੀ ਉਹ ਆਪਣੀ ਉੱਥੇ ਵੀ ਜਿਹੜਾ ਕੰਮ ਕਰ ਰਿਹਾ ਉਹ ਤੋਂ ਵੀ ਖੁਸ਼ ਸੀ, ਸਾਡੇ ਨਾਲ ਬੜੀਆਂ ਖੁੱਲ੍ਹ ਕੇ ਗੱਲਾਂ ਹੱਸ ਕੇ ਕੀਤੀਆਂ ਉਹਨੇ। 24 ਦੇ ਵਿੱਚ ਆਉਣ ਦੀਆਂ ਤਿਆਰੀਆਂ ਸੀ, ਉਹਦੀਆਂ ਗੱਲਾਂ ਬਾਤਾਂ ਕਰਦਾ ਸੀ ਵੀ ਮੈਂ ਆਵਾਂਗਾ ਹੁਣ ਇਸ ਤਰ੍ਹਾਂ ਕਰਾਂਗੇ, ਵਿਆਹ ਉਹਦਾ ਕਰਨਾ ਸੀ, ਅਤੇ ਉਹ ਸਭ ਕੁਝ ਵਿੱਚੇ ਰਹਿ ਗਿਆ। ਪਰੇਸ਼ਾਨੀ ਤਾਂ ਕੋਈ ਨਹੀਂ ਆਈ, ਉੱਧਰ ਕ੍ਰਿਸਮਿਸ ਦੀਆਂ ਛੁੱਟੀਆਂ ਕਰਕੇ ਥੋੜ੍ਹਾ ਲੇਟ ਹੋ ਗਿਆ, ਬਾਕੀ ਪਰੇਸ਼ਾਨੀ ਕੋਈ ਨਹੀਂ ਆਈ। ਉੱਧਰ ਮੁੰਡੇ ਨਾਲ ਦੇ ਸੀਗੇ, ਉਹਨਾਂ ਨੇ ਬੜੀ ਦੌੜ ਭੱਜ ਕਰਕੇ ਬੜੀ ਮਿਹਨਤ ਕੀਤੀ ਹੈ, ਉਹਨਾਂ ਨੇ ਬੜਾ ਸਾਥ ਦਿੱਤਾ, ਉਹਨਾਂ ਨੇ ਭੇਜਣ ਦੇ ਵਿੱਚ ਬੜੀ ਮਦਦ ਕੀਤੀ ਹੈ। ਇੱਧਰੋਂ ਵੀ ਸਰਕਾਰ, ਪੰਜਾਬ ਸਰਕਾਰ ਨੇ ਵੀ ਬੜੀ ਮਦਦ ਕੀਤੀ ਹੈ, ਖਾਸ ਕਰਕੇ ਸਾਡੇ ਰਮਨ ਬਹਿਲ ਜੀ ਗੁਰਦਾਸਪੁਰ ਵਾਲੇ, ਇਹਨਾਂ ਨੇ ਮੰਤਰੀ ਲਾਲ ਚੰਦ ਕਟਾਰੂ ਚੱਕ ਜੀ, ਉਹਨਾਂ ਨੇ ਬੜਾ ਸਾਥ ਦਿੱਤਾ। ਕਿਹੜੀ ਕੰਟਰੀ ਗਿਆ ਇੱਥੇ ਲੜਕੇ ਦੀ ਉਮਰ ਕੀ? ਯੂਕੇ ਇੰਗਲੈਂਡ ਦੇ ਵਿੱਚ ਗਿਆ ਸੀ ਅਤੇ 25 ਸਾਲ ਲਗਭਗ ਉਮਰ ਸੀ ਮੁੰਡੇ ਦੀ। ਮਿਹਨਤ ਮੇਰੀ, ਰਹਿਮਤ ਖੁਦਾ ਦੀ, ਮੁਸਲਮਾਨੀ ਰੂਹਾਨੀ ਅਤੇ ਕਾਲ ਇਲਮ ਦੇ ਮਾਹਰ, ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ, 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਵਿਦੇਸ਼ 'ਚ ਪੱਕਾ ਹੋਣਾ, ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ, ਗੁਪਤ ਵਸ਼ੀਕਰਨ ਕਰਵਾਓ, ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ, ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ, ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ। ਗੁਰੂ ਰਹਿਮਤ ਜੀ, 98 721 68 593।